ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਔਨ ਏਅਰ, ਮੈਂ ਤੁਹਾਡਾ ਆਪਣਾ ਸਰਬਜੀਤ ਸਿੰਘ ਰਟੋਲਾ। ਜਿਵੇਂ ਕਿ ਸਭ ਨੂੰ ਪਤਾ ਹੀ ਹੈ, ਪੰਚਾਇਤੀ ਚੋਣਾਂ ਦਾ ਬਿਗਲ ਵੱਜ ਚੁੱਕੇ ਆ। ਜਿਹੜੇ ਸ਼ਹਿਰਾਂ ਦੇ ਵਿੱਚ ਵੀਡੀਓ ਬਲਾਕ ਹੈਗੇ ਨੇ, ਸਰਕਾਰੀ ਦਫ਼ਤਰ, ਸਰਕਾਰੀ ਅਦਾਰਿਆਂ ਦੇ ਵਿੱਚ, ਪਿੰਡਾਂ ਦੇ ਨਗਰ ਪੰਚਾਇਤਾਂ ਦੇ ਨੁਮਾਇੰਦੇ ਜਿਹੜੇ ਫਾਰਮ ਭਰਨ ਵਾਸਤੇ ਆਉਂਦੇ ਨੇ, ਕਈ ਪਿੰਡਾਂ ਦੇ ਵਿੱਚ ਜਿਹੜੇ ਕਹਿ ਲਈਏ ਆਪਾਂ ਜਦੋਂ ਜਹਿਦ ਚੱਲਦੀ ਆ ਵੀ ਮੈਂ ਬਾਜ਼ੀ ਮਾਰੂੰਗਾ, ਪਰ ਬਹੁਤ ਅਜਿਹੇ ਪਿੰਡ ਹੈਗੇ ਨੇ ਜਿਹੜੇ ਪਿੰਡਾਂ ਦੀ ਸਿਆਣੇ ਪਿੰਡ, ਪੜ੍ਹੇ ਲਿਖੇ ਪਿੰਡ ਹੋਣ ਦੇ ਬਾਵਜੂਦ ਜਿਹੜੇ ਪਿੰਡਾਂ ਦੇ ਵਿੱਚ ਆਪਸ ਭਾਈਚਾਰੇ ਦੀ ਇਕੱਠੀ ਹੋ ਕੇ ਗੁਰੂ ਘਰਾਂ ਦੇ ਵਿੱਚ ਸਾਂਝੀਆਂ ਸੱਥਾਂ ਦੇ ਵਿੱਚ ਗੱਲ ਮੰਨ ਲਈ ਜਾਂਦੀ ਆ, ਸਰਬਸੰਮਤੀ ਕੀਤੀ ਜਾਂਦੀ ਆ। ਬਹੁਤ ਜਿਹੜੇ ਮੋਹਰੀ ਰਹਿੰਦੇ ਨੇ, ਸਰਕਾਰ ਵੱਲੋਂ ਮਦਦ ਮਿਲਦੀ ਆ ਉਹਨਾਂ ਨੂੰ, ਪਿੰਡ ਦੇ ਵਿੱਚ ਜਿਹੜਾ ਇੱਕਾ ਰਹਿ ਜਾਂਦਾ। ਔਰ ਸਭ ਤੋਂ ਵੱਡੀ ਗੱਲ ਹੈ ਵੀ ਜਿਹੜਾ ਜਿੱਦ ਪੈਣ ਤੋਂ ਜਿਹੜੀ ਹੈਗੀ ਆਪਸ ਵਿੱਚ ਜਿਹੜੇ ਲੋਕ ਮੇਲ ਮਿਲਾਪ ਦੇ ਵਿੱਚ ਰਹਿ ਜਾਂਦੇ ਹਨ। ਗੱਲ ਕਰਾਵਾਂਗੇ ਤੁਹਾਨੂੰ ਸਾਡੇ ਨਾਲ ਜਿਹੜੀ ਨਵੀਂ ਚੁਣੀ ਗਈ ਨਗਰ ਪੰਚਾਇਤ ਜ਼ਿਲ੍ਹਾ ਮਲੇਰਕੋਟ ਦਾ ਪਿੰਡ ਜੌੜੇਪੁਲਾ ਦੇ ਨਜ਼ਦੀਕ ਪੈਂਦਾ ਜੱਬੋ ਮਾਜਰਾ, ਜਿੱਥੇ ਕਿ ਸਰਬਸੰਮਤੀ ਦੇ ਨਾਲ ਨੌਜਵਾਨ ਗੱਭਰੂ ਜਿਹੜਾ ਮੁੰਡਾ ਹੈਗਾ ਉਸਨੂੰ ਸਰਪੰਚ ਚੁਣਿਆ ਗਿਆ। ਪੂਰੀ ਜਿਹੜੀ ਪੰਚਾਇਤ ਆ ਸਹਿਮਤੀ ਨਾਲ ਬਣਾਈ। ਗੱਲ ਕਰਾਵਾਂਗੇ ਉਹਨਾਂ ਦੇ ਨਾਲ। ਭਰਾ ਜੀ, ਕੀ ਨਾਮ ਆਪਣਾ? ਮਨਪ੍ਰੀਤ ਸਿੰਘ ਆ ਜੀ। ਮਨਪ੍ਰੀਤ ਸਿੰਘ, ਤੁਸੀਂ ਤੁਹਾਨੂੰ ਜਿਹੜਾ ਨਗਰ ਵੱਲੋਂ ਸਰਬਸੰਮਤੀ ਨਾਲ ਸਰਪੰਚ ਪਿੰਡ ਦਾ ਚੁਣਿਆ ਗਿਆ, ਕਿਵੇਂ ਦਾ ਮਹਿਸੂਸ ਕਰਦੇ ਹੋ? ਬਹੁਤ ਵਧੀਆ ਜੀ, ਪੂਰੇ ਨਗਰ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਬਹੁਤ ਵਧੀਆ ਮਹਿਸੂਸ ਹੋ ਰਿਹਾ, ਸਾਡਾ ਪਿੰਡ ਲੜਾਈ ਪੜ੍ਹਾਈ ਤੋਂ ਦੂਰ ਰਹੇ, ਸਾਰਾ ਕੁਛ ਇਹੀ ਚਾਹੁੰਦੇ ਹਾਂ ਅਸੀਂ। ਇੱਕ ਦੂਜੇ ਨਾਲ ਵੋਟਾਂ ਪਿੱਛੇ ਬੈਰ ਵਿਰੋਧਤਾ ਪਾਈਏ, ਉਹ ਕੋਈ ਵਧੀਆ ਗੱਲ ਨਹੀਂ ਹੈਗੀ ਜੀ। ਜਿਵੇਂ ਕਿ ਸਰਕਾਰਾਂ ਵੱਲੋਂ ਬੜੇ ਬੜੇ ਦਾਅਵੇ ਕੀਤੇ ਜਾਂਦੇ ਹੈਗੇ ਨੇ ਵੀ 5 ਲੱਖ ਰੁਪਈਆ ਇੱਕ ਸਟੇਡੀਅਮ ਗਰਾਊਂਡ ਜਾਂ ਮੁਹੱਲਾ ਕਲੀਨਿਕ, ਤੁਸੀਂ ਆਸ ਰੱਖਦੇ ਵੀ ਤੁਸੀਂ ਸਰਬਸੰਮਤੀ ਕੀਤਾ ਸਰਕਾਰ ਵੱਲੋਂ, ਤੁਹਾਨੂੰ ਇਹ ਸਹੂਲਤ ਸਾਰਿਆਂ 'ਚੋਂ ਇੱਕ ਮਿਲੂਗੀ? ਜ਼ਰੂਰ ਮਿਲੂਗੀ ਜੀ, ਕਿਉਂ ਨਹੀਂ ਮਿਲੂਗੀ, ਜੇ ਸਰਕਾਰ ਨੇ ਕਿਹਾ ਜ਼ਰੂਰ ਮਿਲੂਗੀ ਜੀ। ਕਿਵੇਂ ਦੀ ਸੋਚ ਤੁਸੀਂ ਰੱਖਦੇ ਹੋ ਪਿੰਡ ਪ੍ਰਤੀ, ਕੀ ਪਿੰਡ ਪਿੰਡ ਦੇ ਵਿਕਾਸ ਜਿਹੜਾ ਤੁਸੀਂ ਲੈ ਕੇ, ਕੀ ਤੁਹਾਡਾ ਜਿਹੜਾ ਚੋਣ ਏਜੰਡਾ ਹੋਊਗਾ ਜਿਹਦੇ ਨਾਲ ਤੁਹਾਨੂੰ ਤੁਹਾਡੇ ਤੇ ਪਿੰਡ ਵਾਲਿਆਂ ਨੇ ਮਾਣ ਬਖਸ਼ਿਆ ਹੈਗਾ, ਤੁਹਾਨੂੰ ਕੀ ਆਸਾਂ ਲੈ ਕੇ ਪਿੰਡ, ਤੁਸੀਂ ਆਸਾਂ ਦੇ ਪੂਰੀ ਉਤਰੋਗੇ, ਕੀ ਜਿਹੜੇ ਤੁਹਾਡੇ ਮਨ ਦੇ ਵਿੱਚ ਖੁਆਬ ਨੇ ਪਿੰਡ ਵਾਸਤੇ? ਪਿੰਡ ਨੂੰ ਸੋਹਣਾ ਬਣਾਉਣਾ ਜੀ, ਸਾਰੇ ਪਿੰਡ ਦਾ ਪਹਿਲ ਦੇ ਆਧਾਰ ਤੇ ਵਿਕਾਸ ਕਰਨਾ ਜੀ, ਇਹ ਮੇਰੇ ਖਾਬ ਨੇ ਜੀ। ਕਿੰਨੀ ਉਮਰ ਆ ਜਿਹੜੀ ਤੁਹਾਡੀ ਹੈਗੀ ਆ? ਮੈਨੂੰ ਲੱਗਦਾ ਵੀ ਉਮਰ ਵੀ ਠੀਕ ਠੀਕ ਹੀ ਲੱਗਦੀ। ਮੇਰੀ ਉਮਰ 32 ਸਾਲ ਆ ਜੀ। ਕੁਆਲੀਫਿਕੇਸ਼ਨ ਕਿੰਨੀ ਹੈਗੀ ਆ? ਐਮਏ ਇੰਗਲਿਸ਼ ਆ ਜੀ। ਦੇਖੋ, ਬਹੁਤ ਸੋਹਣੀ ਗੱਲ ਆ, ਸੂਝਵਾਨ ਲੋਕ ਨੇ ਜਿਹੜੇ ਪੜ੍ਹੇ ਲਿਖੇ ਮੁੰਡਿਆਂ ਨੂੰ ਨਾਲ ਲੈ ਕੇ ਤੁਰਦੇ ਨੇ। ਸਭ ਤੋਂ ਵੱਡੀ ਗੱਲ ਆ ਵੀ ਐਮਏ ਜਿਹੜਾ ਗ੍ਰੈਜੂਏਸ਼ਨ ਮੁੰਡਾ ਜਿਹੜਾ ਉਹਨਾਂ ਨੇ ਪਿੰਡ ਦਾ ਸਰਪੰਚ ਬਣਾਇਆ, ਨਹੀਂ ਤਾਂ ਅਸੀਂ ਦੇਖਦਾ ਬਹੁਤ ਪਿੰਡਾਂ ਦੇ ਵਿੱਚ ਮੇਰੇ ਵਰਗੇ ਗੂਠਾ ਸਾਹਿਬ ਨੂੰ ਸਰਪੰਚ ਬਣਾ ਦਿੰਦੇ ਨੇ, ਪਰ ਸਾਰੇ 5 ਸਾਲ ਪਿੰਡ ਨੂੰ ਤਾਰਦਾ ਹੀ ਆ। ਹੋਰ ਗੱਲ ਕਰਾਵਾਂਗੇ ਪਿੰਡ ਦੇ ਮੋਹਤੋਰ ਬੰਦਾ। ਸਰ, ਕੀ ਨਾਮ ਜੀ ਆਪਣਾ? ਬਲਦੇਵ ਸਿੰਘ। ਸਾਬਕਾ ਸਰਪੰਚ ਜੀ। ਸਾਬਕਾ ਸਰਪੰਚ ਪਿੰਡ ਦੇ? ਸਾਬਕਾ ਸਰਪੰਚ। ਕੀ ਕਹਿਣਾ ਚਾਹੋਗੇ ਤੁਸੀਂ ਜਿਹੜੀ ਪਿੰਡ ਦੀ ਪੰਚਾਇਤ ਆ, ਬਹੁਤ ਵੱਡੀ ਗੱਲ ਆ ਜਿਹੜੀ ਸਾਬਕਾ ਸਰਪੰਚ ਵੀ ਹਾਜ਼ਰ ਖੜੇ ਨੇ? ਬਹੁਤ ਵਧੀਆ ਜੀ, ਸਾਰੇ ਪਿੰਡ ਵੱਲੋਂ ਰਲ ਮਿਲ ਕੇ ਜਿਹੜਾ ਨੌਜਵਾਨ ਮੁੰਡਾ ਸਰਪੰਚ ਚੁਣਿਆ ਗਿਆ, ਬਹੁਤ ਪਿੰਡ ਵਾਸਤੇ ਵਧਾਈ ਦੀ ਗੱਲ ਆ ਜੀ, ਬਹੁਤ ਸਾਰੇ ਨਗਰ ਦਾ ਧੰਨਵਾਦ। ਲੱਗਦਾ ਹੈਗਾ ਵੀ ਤੁਹਾਡੇ ਸਮੇਂ ਦੇ ਵਿਕਾਸ ਨਾਲੋਂ ਵੱਧ ਚੜ੍ਹ ਕੇ ਜਿਹੜਾ ਸਰਬਸੰਮਤ ਨਾਲ ਚੁਣਿਆ ਗਿਆ ਕਰੂਗਾ ਵਿਕਾਸ? ਬਿਲਕੁਲ ਜੀ, ਅਸੀਂ ਚਾਹੁੰਦੇ ਹਾਂ ਵੀ ਵੱਧ ਚੜ੍ਹ ਕੇ ਕਰੇ। ਤੁਹਾਡੇ ਸਮੇਂ ਦੇ ਵਿੱਚ ਕਿੰਨੇ ਕੁ ਪਿੰਡ ਦੇ ਵਿਕਾਸ ਜਿਹੜੇ ਕੀਤੇ ਗਏ? ਉਹ ਤਾਂ ਹੁਣ ਵਧੀਆ ਕੀਤੇ ਗਏ ਜੀ, ਬਾਕੀ ਪਿੰਡ ਵਾਸੀ ਵੱਧ ਦੱਸਣਗੇ ਮੇਰੇ ਨਾਲੋਂ, ਮੈਂ ਤਾਂ ਆਪਦੇ ਮੂੰਹ ਹੀ ਮਿੱਠੂ ਪਿੰਡ ਦੇ ਦੱਸਣਗੇ। ਵਧੀਆ ਵਿਕਾਸ ਹੋਇਆ ਜੀ, ਮੇਰੇ ਕੋਲ ਹਮੇਸ਼ਾ ਹੀ ਵਧੀਆ ਹੋਇਆ ਸਾਡੇ ਪਿੰਡ ਦਾ ਵਿਕਾਸ, ਕੋਈ ਜ਼ਿਆਦਾ ਪਾਰਟੀਬਾਜ਼ੀ ਨਹੀਂ ਸਾਡੇ ਪਿੰਡ 'ਚ ਰਹੀ, ਵਧੀਆ ਰਿਹਾ। ਸੂਝਵਾਨ ਪਿੰਡ ਸਾਬਕਾ ਸਰਪੰਚ ਸਾਹਿਬ ਵੱਲੋਂ ਦੱਸਣ ਮੁਤਾਬਕ ਵੀ ਸਾਡਾ ਪਿੰਡ ਜਿਹੜਾ ਸਿਆਣਾ ਪਿੰਡ ਆ, ਕੋਈ ਵੱਡੀ ਪਾਰਟੀ ਆਲੂ ਨਹੀਂ ਬਣਦੀ, ਤਾਂ ਹੀ ਜਿਹੜੀ ਹੈਗੀ ਸਰਬਸੰਮਤੀਆਂ ਸਰਪੰਚਾਇਤਾਂ ਚੁਣੇ ਜਾਂਦੇ ਜਿੱਥੇ ਵੱਡੀਆਂ ਪਾਰਟੀਆਂ ਬਣਦੀਆਂ। ਮੈਂ ਗੱਲ ਕਰਾਊਂਗਾ ਇਸ ਸਮੇਂ ਦੇ ਵਿੱਚ ਚੁਣਿਆ ਗਿਆ ਮੈਂਬਰ ਪੰਚਾਇਤ ਜਿਹੜਾ ਹੈਗਾ ਉਹਨਾਂ ਨਾਲ ਕਰਾਊਂਗਾ। ਕੀ ਨਾਮ ਭਰਾ ਜੀ ਆਪਣਾ? ਮੇਰਾ ਨਾਮ ਜੀ ਰੋਬਿਨ ਗਿੱਲ। ਰੋਬਿਨ ਗਿੱਲ, ਗਿੱਲ ਭਰਾ ਜੀ ਕਿੰਨੇ ਪੜ੍ਹੇ ਹੋਏ ਹੋ ਤੁਸੀਂ? ਮੈਂ ਜੀ MSc ਕੀਤੀ ਹੋਈ ਹੈ ਮੈਥਮੈਟਿਕਸ 'ਚ। ਅੱਛਾ, ਤੁਹਾਨੂੰ ਨਗਰ ਪੰਚਾਇਤ ਨੇ ਮਾਣ ਬਖਸ਼ਿਆ ਮੈਂਬਰ ਪੰਚਾਇਤ ਦਾ, ਉਹਦਾ ਦੇਖ ਕੇ ਕਿਵੇਂ ਦੇਖਦੇ ਹੋ? ਮੈਂ ਜੀ ਮਾਣ ਮਹਿਸੂਸ ਕਰਦਾ ਤੇ ਮੈਂ ਆਪਣੇ ਬਲਾਕ ਦੇ ਜਿਹੜੇ ਵੀ ਮੇਰੇ ਵਾਰਡ ਦੇ ਮੈਂਬਰ ਨੇ, ਮੈਂ ਉਹਨਾਂ ਦਾ ਬਹੁਤ ਤਹਿ ਦਿਲੋਂ ਧੰਨਵਾਦ ਕਰਦਾ
ਇਹਨਾਂ ਨੇ ਸਰਬ ਸੰਮਤੀ ਨਾਲ ਮੈਨੂੰ ਮੈਂਬਰ ਚੁਣਿਆ। ਜਿਹੜੇ ਵਾਰਡ ਵਾਲਿਆਂ ਨੇ ਤੁਹਾਡੇ ਤੇ ਮਾਣ ਕੀਤਾ, ਤੁਹਾਨੂੰ ਸਰਬ ਸੰਮਤੀ ਨਾਲ ਬਣਾਇਆ, ਕਿ ਉਹਨਾਂ ਦੇ ਵਾਰਡ ਵਾਲਿਆਂ ਦੇ ਜਿਹੜੇ ਹੈਗੇ ਨੇ ਉਮੀਦਾਂ ਦੇ ਖਰੇ ਉਤਰੋਗੇ? ਅਸੀਂ ਜੀ ਉਹਨਾਂ ਦੀਆਂ ਸਾਰੀਆਂ ਉਮੀਦਾਂ ਦੇ ਖਰੇ ਉਤਰਾਂਗੇ ਤੇ ਸਾਤੋਂ ਜੋ ਵੀ ਵਿਕਾਸ ਦਾ ਕੰਮ ਹੋਊਗਾ ਅਸੀਂ ਵੱਧ ਚੜ ਕੇ ਕਰਾਂਗੇ ਜੀ। ਦੇਖੋ ਜੀ, ਸਭ ਤੋਂ ਵੱਡੀ ਗੱਲ ਮੈਨੂੰ ਦੇਖਣ ਦੇ ਵਿੱਚ ਮਿਲੀ ਆ, ਜਿਹੜੀ ਹੈਰਾਨੀਜਨਕ ਗੱਲ ਹੈਗੀ ਆ, ਸਰਪੰਚ ਵੀ ਗ੍ਰੈਜੂਏਸ਼ਨ ਹੈ, ਮੈਂਬਰ ਪੰਚਾਇਤ ਵੀ ਗ੍ਰੈਜੂਏਸ਼ਨ ਹੈ, ਨੌਜਵਾਨ ਮੁੰਡੇ ਹੈਗੇ ਨੇ, ਨੌਜਵਾਨ ਸੋਚ, ਜਵਾਨੀ ਸੋਚ ਵਾਲੇ ਜਿਹੜੇ ਮੁੰਡੇ ਹੈਗੇ ਨੇ। ਮੈਨੂੰ ਨਹੀਂ ਲੱਗਦਾ ਵੀ ਪਿੰਡ ਦੇ ਵਿਕਾਸ ਦੇ ਵਿੱਚ ਕੱਚ ਛੱਡਣ ਗਏ ਐਮਐਲਏ ਨੂੰ ਘੇਰ ਕੇ, ਜਿਹੜੇ ਹੈਗੇ ਨੇ ਸਰਕਾਰੀ ਸਾਲ ਵਾਂਗੂ ਘੇਰ ਕੇ ਕੰਮ ਕਰਵਾਉਣਗੇ। ਗੱਲ ਕਰਾਵਾਂਗੇ ਮੈਂਬਰ ਪੰਚਾਇਤ ਜਿਹੜੇ ਹੋਰ ਇਹਨਾਂ ਦੇ ਨਾਲ ਚੁਣੇ ਗਏ ਨੇ। ਚਲੋ, ਜਿਹੜੇ ਪਿੰਡ ਦੇ ਮੋਹਤਵਰ ਬੰਦੇ ਹੈਗੇ ਨੇ, ਜਿਨ੍ਹਾਂ ਦੀ ਸੋਚ ਇੱਥੇ ਤੱਕ ਪਹੁੰਚੀ ਆ ਵੀ ਅਸੀਂ ਇੱਥੇ ਦੇ ਜਿਹੜੇ ਪਿੰਡ ਦੇ ਵਿਕਾਸ ਵਾਸਤੇ ਜਿਹੜਾ ਹੈਗਾ ਸਰਕਾਰ ਤੋਂ ਪੈਸੇ ਲੈਣੇ ਨੇ, ਔਰ ਦੂਸਰੀ ਵਾਰੀ ਪੰਚ ਬਣੇ ਨੇ, ਸਭ ਤੋਂ ਵੱਡੀ ਮਾਣ ਵਾਲੀ ਗੱਲ ਹੈ, ਕੀ ਨਾਮ ਭਰਾ ਜੀ? ਸਤਿ ਸ਼੍ਰੀ ਅਕਾਲ ਜੀ, ਕੀ ਨਾਮ? ਸੰਤੋਸ਼ ਕੁਮਾਰ ਜੀ। ਕਿਵੇਂ ਦੇਖਦੇ ਜਿਹੜਾ ਤੁਹਾਨੂੰ ਦੂਸਰੀ ਵਾਰੀ ਮਾਣ ਬਖਸ਼ਿਆ ਗਿਆ ਨਗਰ ਵਾਸੀਆਂ? ਮੈਂ ਕਹਿੰਦਾ ਪੂਰਾ ਜੀ ਐਨ ਤਹਿ ਦਿਲੋਂ ਧੰਨਵਾਦ ਕਰਦੇ ਇਹਨਾਂ ਦੇ, ਨਗਰ ਦੇ ਨਾਲ ਰਹਾਂਗੇ, ਅੱਗੇ ਵੀ ਰਹਿੰਦੇ ਹਾਂ, ਸੱਚਾਈ ਤੇ ਚੱਲਾਂਗੇ, ਯਾਰ ਕੋਈ ਘਾਟਾ ਨਹੀਂ ਕਿਸੇ ਪਾਸੇ। ਜਿਵੇਂ ਦੇਖਿਆ ਅਕਸਰ ਪਿੰਡਾਂ ਦੇ ਵਿੱਚ ਚਾਰ ਚਾਰ ਸਰਪੰਚ ਖੜੇ ਨੇ, ਮੈਂਬਰ ਦਾ ਪਤਾ ਨਹੀਂ ਕਿੰਨੇ ਖੜੇ ਨੇ, ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ? ਉਹਨਾਂ ਨੂੰ ਆਏ ਆ ਜੀ ਵੀ ਇੱਕ ਹੋ ਜਾਓ, ਇੱਕ ਭਾਈਚਾਰਾ, ਸਾਂਝ, ਇਹਦੇ ਵਰਗੀ ਕੋਈ ਗੱਲ ਨਹੀਂ ਹੈਗੀ। ਲੜਾਈ ਝਗੜਾ ਜਦ ਮਰਜ਼ੀ ਕਰ ਸਕਦੇ, ਉਹਦੇ ਵਿੱਚ ਕੋਈ ਫਾਇਦਾ ਨਹੀਂ ਹੈਗਾ, ਠੀਕ ਆ ਨਾ? ਹਾਂ, ਸਾਡੇ ਨਾਲ ਨੌਜਵਾਨ ਆਗੂ ਜੁੜੇ ਨੇ ਉਸ ਪਿੰਡ ਦੇ ਵਿੱਚੋਂ, ਭਰਾ ਜੀ ਕੀ ਨਾਮ? ਅਮਨਦੀਪ ਸਿੰਘ ਜੀ। ਤੁਸੀਂ ਜਿਹੜੇ ਹੈਗੇ ਕੀ ਕਹਿਣਾ ਚਾਹੋਗੇ ਤੁਹਾਡੇ ਪਿੰਡ ਦੀ ਪੰਚਾਇਤ ਜਿਹੜੀ ਹੈਗੀ ਆ ਸਰਬ ਸੰਮਤੀ ਨਾਲ ਚੁਣੀ ਗਈ ਆ, ਕਿਵੇਂ ਦਾ ਮਹਿਸੂਸ ਕਰਦੇ? ਬਹੁਤ ਵਧੀਆ ਮਹਿਸੂਸ ਕਰਦੇ ਹਾਂ ਜੀ, ਸਾਰੇ ਨੇ ਭਾਈਚਾਰਾ ਸਾਂਝ ਰੱਖੀ ਆ, ਪਾਰਟੀ ਬਾਜ਼ੀ ਉੱਠ ਕੇ ਕੰਮ ਕਰਿਆ ਜੀ, ਪੜ੍ਹੇ ਲਿਖੇ ਮੁੰਡੇ ਨੂੰ ਸਾਰਿਆਂ ਨੂੰ ਮੌਕਾ ਦਿੱਤਾ ਤੇ ਮੂਹਰੇ ਲੈ ਕੇ ਆਇਆ। ਦੇਖੋ ਜੀ, ਬਹੁਤ ਜਿਹੜੀ ਹੈਗੀ ਆ ਸੋਹਣੀ ਸੋਚ ਆ ਇਸ ਨਗਰ ਨਿਵਾਸੀਆਂ ਦੀ, ਜਿਨ੍ਹਾਂ ਨੇ ਕੀ ਕਹਿ ਲਓ ਵੀ ਸਰਬ ਸੰਮਤੀ ਕੀਤੀ ਆ ਜ਼ਿਲ੍ਹਾ ਮਲੇਰਕੋਟਲਾ ਦੇ ਵਿੱਚੋਂ। ਮੈਨੂੰ ਇਹ ਦੇਖਣ ਨੂੰ ਲੱਗਦਾ ਵੀ ਪਹਿਲੀ ਪੰਚਾਇਤ ਆ ਜਿਹੜੀ ਸਰਬ ਸੰਮਤੀ ਕਰਕੇ ਪੂਰੀ ਪੰਚਾਇਤ ਦੇ ਨਾਲ ਇੱਥੇ ਕਾਗਜ਼ ਭਰਨ ਵਾਸਤੇ ਪਹੁੰਚੇ ਨੇ। ਗੱਲ ਕਰਾਂਗੇ ਹੋਰ ਆਗੂਆਂ ਦੇ ਨਾਲ, ਉਹਨਾਂ ਦੇ ਸੰਬੰਧ ਦੇ ਵਿੱਚ ਕੀ ਕਹਿਣਾ? ਕੀ ਨਾਮ ਜੀ ਆਪਣਾ? ਹਾਂਜੀ, ਗੁਰਮੇਲ ਸਿੰਘ ਆ ਜੀ। ਕੀ ਕਹਿਣਾ ਚਾਹੋਗੇ ਤੁਸੀਂ ਤੁਹਾਡੇ ਪਿੰਡ ਦੀ ਪੰਚਾਇਤ ਜਿਹੜੀ ਸਰਬ ਸੰਮਤੀ ਨਾਲ ਚੁਣ ਕੇ ਵੀਡੀਓ ਬਲਾਕ ਦੇ ਵਿੱਚ ਨਾਮ ਜਗਦੀਆਂ ਭਰਨ ਵਾਸਤੇ? ਅਸੀਂ ਅੱਜ ਇਹੀ ਗੱਲ ਕਹਾਂਗੇ, ਜੋ ਸਾਡੇ ਪਿੰਡ ਸਰਬ ਸੰਮਤੀ ਹੋਈ ਹੈ ਇਹਦੇ ਵਰਗੀ ਕੋਈ ਚੰਗੀ ਗੱਲ ਨਹੀਂ ਜਿਹੜੀ ਸਾਡੇ ਪਿੰਡ 'ਚ ਹੋਈ ਹੈ। ਹੁਣ ਬਹੁਤ ਸਾਡਾ ਖੁਦਕਿਸਮਤ ਹੈ, ਅਸੀਂ ਬਹੁਤ ਖੁਸ਼ ਹਾਂ ਵੀ ਜੋ ਸਾਡੀ ਪੰਚਾਇਤ ਅੱਜ ਅਸੀਂ ਭੱਜ ਭੱਜ ਕੇ ਫਿਰੀ ਜਾਂਦੇ ਅਤੇ ਜਿਹੜਾ ਆਹ ਹੋਇਆ ਇਹ ਕਦੇ ਹੋਇਆ ਹੀ ਨਹੀਂ ਸੀ। ਬਹੁਤ ਹੀ ਵਧੀਆ ਸਾਡਾ ਪਿਆਰ ਮੁਹੱਬਤ ਸਭ ਨਾਲ ਸਾਰੇ ਅਸੀਂ ਮਿਲ ਜੁਲ ਕੇ ਕਰਿਆ ਹੈ। ਦੇਖੋ ਜੀ, ਬਹੁਤ ਸੋਹਣੀ ਗੱਲ ਹੈ ਇਸ ਨਗਰ ਵੱਲੋਂ ਕੀਤੀ ਗਈ ਆ। ਮੈਂ ਦੇਖਿਆ ਵੀ ਜਿੰਨੇ ਕੁ ਨਾਗਰਿਕ ਜਿਹੜੇ ਆਏ ਨੇ ਉਹ ਸਾਰਿਆਂ ਦੇ ਚਿਹਰੇ 'ਤੇ ਖੁਸ਼ੀ ਦਾ ਮਾਹੌਲ ਦੇਖਿਆ ਗਿਆ, ਕਾਰਨ ਸਰਬ ਸੰਮਤੀ ਆ। ਅਗਰ ਜੇ ਵੋਟਾਂ ਪੈਂਦੀਆਂ ਤਾਂ ਮੈਨੂੰ ਨਹੀਂ ਲੱਗਦਾ ਕਿ ਇੱਕ ਦੂਜੇ ਬੰਨੀ ਇਹ ਜਿਵੇਂ ਜੰਗਲ ਦੇ ਵਿੱਚ ਸ਼ੇਰ ਝਾਕਦਾ ਹੁੰਦਾ ਨਾ, ਸ਼ਿਕਾਰੀਆਂ ਬੰਨੀ ਉਹ ਅਗਲਾ ਹੁੰਦੀਆਂ, ਲੋਕਾਂ ਦੇ ਤਾਂ ਵੋਟਾਂ ਪੈ ਜਾਂਦੇ ਨੇ। ਪਰ ਹੁਣ ਸਾਰੇ ਲੋਕ ਖੁਸ਼ ਨੇ ਬਈ ਸਾਡੇ ਪਿੰਡ ਸਰਬ ਸੰਮਤੀ ਹੋ ਗਈ। ਸਭ ਤੋਂ ਵੱਡੀ ਗੱਲ ਆ ਵੀ ਪੜ੍ਹੇ ਲਿਖੇ ਨੌਜਵਾਨ ਗ੍ਰੈਜੂਏਸ਼ਨ ਜਿਹੜੇ ਹੈਗੇ ਨੇ, ਅਸੀਂ ਜਿਨ੍ਹਾਂ ਨੂੰ ਪਿੰਡ ਦੀ ਬਾਗਡੋਰ ਸੰਭਾਲੀ ਗਈ ਆ, ਅਸੀਂ ਆਪਣੇ ਚੈਨਲ ਔਨ ਏਅਰ ਦੇ ਰਾਹੀਂ ਬਾਕੀ ਨਗਰਾਂ ਦੇ ਲੋਕਾਂ ਨੂੰ ਵੀ ਇਹੀ ਮੈਸੇਜ ਦੇਵਾਂਗੇ ਵੀ ਜਿਵੇਂ ਇਹ ਲੋਕਾਂ ਦੇ ਉੱਪਰ ਖੁਸ਼ੀ ਦਾ ਮਾਹੌਲ ਆ, ਤੁਸੀਂ ਵੀ ਆਪਣੇ ਪਿੰਡ ਸਰਬ ਸੰਮਤੀ ਕਰਕੇ ਇੱਕ ਰਿਕਾਰਡ ਕਾਇਮ ਕਰੋ ਔਰ ਸਰਕਾਰ ਵੱਲੋਂ ਬਣਦੀਆਂ ਸਹੂਲਤਾਂ ਲਵੋ। ਮਲੇਰਕੋਟਲਾ ਤੋਂ ਕੈਮਰਾ ਪਰਸਨ ਹਰਮਨ ਦੇ ਨਾਲ ਸਰਬਜੀਤ ਸਿੰਘ ਟੋਲਾ ਔਨ ਏਅਰ ਲਈ।